ਜਿੰਨੇ ਵੀ ਸਾਡੇ ਲੀਡਰਸ ਹੈ ਉਹ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਵੀ ਕਰਦੇ ਆ, ਬੋਲਦੇ ਵੀ ਨੇ, ਪਰੰਤੂ ਹਾਈ ਕਮਾਂਡ ਜਿਹੜੀ ਸਾਡੀ ਉਹ ਜਾਗਰੂਕ ਹੈ ਕਿ ਸਾਡੀ ਹਾਈ ਕਮਾਂਡ ਜਿਹੜਾ ਇਸ ਮਸਲੇ ਨੂੰ ਬਹੁਤ ਜਲਦੀ ਹੱਲ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ 2017 ਤੋਂ ਬਾਅਦ ਜਿਸ ਤਰ੍ਹਾਂ ਵੱਡੀ ਜਿੱਤ ਦਰਜ ਕੀਤੀ ਹੈ 2022 ਦੇ ਵਿੱਚ ਵੀ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕਰੇਗੀ। ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜਾ ਕਿਸਾਨਾਂ ਦੀ ਕਰਜ਼ ਮਾਫ਼ੀ ਜਿਹੜਾ ਸਭ ਤੋਂ ਪਹਿਲਾਂ ਜਦੋਂ ਸਾਡੀ ਸਰਕਾਰ ਆਈ ਹੈ ਉਸ ਤੋਂ ਬਣਦੇ ਸਾਰ ਹੀ 4600 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੀ ਕਰਜ਼ ਮਾਫ਼ੀ ਹੋਈ ਹੈ। ਜਿੰਨੇ ਵੀ ਆਉਣ ਵਾਲੇ ਸਾਲ ਨੇ ਉਸ ਦੇ ਲਈ ਅਸੀਂ ਜਿਹੜੀ ਸਕੀਮ ਜਿਹੜੀ ਸ਼ੁਰੂ ਕੀਤੀ ਹੈ ਉਸ ਦੇ ਤਹਿਤ ਦਲਿਤ ਵਿਦਿਆਰਥੀਆਂ ਨੂੰ ਕੋਈ ਵੀ ਸਮੱਸਿਆ ਨਹੀਂ ਆਈ। ਐਸ ਸੀ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਅੱਜ ਜਲੰਧਰ ਦੇ ਵਿੱਚ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ। ਸਾਡੇ ਨਾਲ ਮੌਜੂਦ ਹੈ ਡਾਕਟਰ ਰਾਜਕੁਮਾਰ ਚੱਬੇਵਾਲ, ਉਹਨਾਂ ਨਾਲ ਗੱਲਬਾਤ ਕਰਾਂ। ਸਰ, ਅੱਜ ਸਰਕਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਕਿਸ ਮੁੱਦੇ ਨੂੰ ਲੈ ਕੇ? ਦੇਖੋ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਸ ਸੀ ਡਿਪਾਰਟਮੈਂਟ ਵੱਲੋਂ ਸਾਡੇ ਨੈਸ਼ਨਲ ਡਿਪਾਰਟਮੈਂਟ ਨੈਸ਼ਨਲ ਐਸ ਸੀ ਡਿਪਾਰਟਮੈਂਟ AICC ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਸਾਡੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ। ਔਰ ਇਸ ਪ੍ਰੈਸ ਕਾਨਫਰੰਸ ਦੇ ਸਾਡੇ ਜਿਹੜੇ ਦੋ ਮੇਨ ਇਸ਼ੂ ਸੀ, ਪਹਿਲਾ ਤਾਂ ਇਹ ਕਿ ਜਿਹੜਾ ਸੰਗਠਨ ਹੈ ਉਸਨੂੰ ਹੋਰ ਮਜ਼ਬੂਤ ਕਰਨਾ, ਔਰ ਉਸ ਦੇ ਵਿੱਚ LDMRC ਜਿਹੜਾ ਸਾਡਾ ਪ੍ਰੋਗਰਾਮ ਲਾਂਚ ਕੀਤਾ ਗਿਆ, ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ ਇਨ ਰਿਜ਼ਰਵ ਕੌਂਸਟੀਚੁਐਂਸੀਜ਼, ਇੱਕ ਤਾਂ ਉਸ ਦੇ ਤਹਿਤ ਜਿੰਨੀਆਂ ਵੀ ਸਾਡਾ ਸੰਗਠਨ ਹੈ ਉਸਨੂੰ ਬੂਥ ਲੈਵਲ ਤੱਕ ਮਜ਼ਬੂਤ ਕਰਨਾ, ਔਰ ਦੂਸਰਾ ਜਿਹੜਾ ਸਾਡਾ ਸੀਗਾ ਕਿ ਕੋਵਿਡ ਦੇ ਜਿਹੜੇ ਜਿਸ ਤਰ੍ਹਾਂ ਕੋਵਿਡ ਦੀ ਸੈਕਿੰਡ ਵੇਵ ਤੱਕ ਕਾਂਗਰਸ ਪਾਰਟੀ ਨੇ ਬਹੁਤ ਅੱਛਾ ਕੰਮ ਕੀਤਾ, ਸਾਡੀ ਸਰਕਾਰ ਨੇ ਬਹੁਤ ਅੱਛਾ ਕੰਮ ਕੀਤਾ, ਔਰ ਥਰਡ ਵੇਵ ਨੂੰ ਜਿਹੜਾ ਟੈਕਲ ਕਰਨ ਦੇ ਲਈ ਜਿਹੜਾ ਸੰਗਠਨ ਹੈ ਉਸਨੂੰ ਹੋਰ ਮਜ਼ਬੂਤ ਕਰਕੇ ਜਿੰਨੇ ਵੀ ਸਾਡੇ ਗਰੀਬ ਮਰੀਜ਼ ਨੇ ਜਾਂ ਗਰੀਬ ਨੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਜਿਹੜਾ ਅੱਜ ਇੱਕ ਜਿਹੜਾ ਇਹ ਦੋਨੇ ਜਿਹੜੇ ਇਸ਼ੂਜ਼ 'ਤੇ ਜਿਹੜੀ ਸਾਡੀ ਮੀਟਿੰਗ ਹੋਈ ਹੈ ਅਤੇ ਸਾਡਾ ਜਿਹੜਾ ਸੰਗਠਨ ਹੈ ਉਸਨੂੰ ਮਜ਼ਬੂਤ ਕਰਨ ਦੇ ਲਈ ਜਿੰਨੇ ਵੀ ਵੱਖ ਵੱਖ ਉਪਰਾਲੇ ਹੈ ਉਸ ਦੇ ਤਹਿਤ ਵਿਚਾਰ ਚਰਚਾ ਕੀਤੀ ਗਈ। ਜਿੱਦਾਂ ਤੁਸੀਂ ਕਿਹਾ ਮਜ਼ਬੂਤ ਕਰਨ ਲਈ, ਮਜ਼ਬੂਤ ਕਿੱਦਾਂ ਕੀਤਾ ਜਾਏਗਾ? LDMRC ਤਹਿਤ ਜਿਸ ਤਰ੍ਹਾਂ ਹਰ ਬੂਥ ਲੈਵਲ 'ਤੇ ਜਿਹੜਾ ਇੱਕ ਵਰਕਰ ਹੈ ਉਸਨੂੰ ਜੋੜਿਆ ਜਾਏਗਾ, ਔਰ ਉਸਨੂੰ ਬਿਲਕੁਲ ਉੱਥੇ ਇੱਕ ਮਾਣ ਸਤਿਕਾਰ ਦਿੱਤਾ ਜਾਏਗਾ, ਔਰ ਉਸ ਮਾਣ ਸਤਿਕਾਰ ਸਦਕਾ ਉਸ ਤੋਂ ਅਲੱਗ ਅਲੱਗ ਤਰ੍ਹਾਂ ਦੀਆਂ ਫੀਡਬੈਕਸ ਲਈਆਂ ਜਾਣਗੀਆਂ, ਉਸ ਪਾਰਟੀ ਦੇ ਸੰਗਠਨ ਦੀ ਫੀਡਬੈਕ, ਪਾਰਟੀ ਦੀ ਡਿਵੈਲਪਮੈਂਟ ਦੀ ਫੀਡਬੈਕ, ਕੈਂਡੀਡੇਟ ਦੀ ਫੀਡਬੈਕ ਜਾਂ ਹੋਰ ਜਿੰਨੀਆਂ ਵੀ ਸਾਡੇ ਜਿਹੜੀਆਂ ਹੈਗੀਆਂ ਉਹ ਫੀਡਬੈਕਸ ਜਿਹੜੀਆਂ ਉਹ ਸਾਡੇ ਉਹਨਾਂ ਵੱਲੋਂ ਇਕੱਠੀਆਂ ਕਰਕੇ ਉਹਨਾਂ ਨੂੰ ਬਿਲਕੁਲ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਜਿਹੜਾ ਐਸ ਸੀ ਡਿਪਾਰਟਮੈਂਟ ਆ ਉਹ ਬਿਲਕੁਲ ਉਹਨੂੰ ਤਿਆਰ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਾਡੇ AICC ਦੇ ਪ੍ਰੈਜ਼ੀਡੈਂਟ ਸਾਹਿਬ ਅਤੇ ਸਾਡੇ ਐਸ ਸੀ ਡਿਪਾਰਟਮੈਂਟ ਨੈਸ਼ਨਲ ਦੇ ਸਾਡੇ ਜਿਹੜੇ ਨੈਸ਼ਨਲ ਐਸ ਸੀ ਡਿਪਾਰਟਮੈਂਟ ਦੇ ਚੇਅਰਮੈਨ ਨਿਤਿਨ ਰਾਊਤ ਜੀ, ਉਹਨਾਂ ਨੂੰ ਉਹ ਸਬਮਿਟ ਕੀਤਾ ਜਾਏਗਾ, ਔਰ ਉਸ ਦੇ ਤਹਿਤ ਉਹਨਾਂ ਫੀਡਬੈਕਸ ਨੂੰ ਜਿਹੜੀਆਂ ਉਹ ਇਨਪੁੱਟਸ ਨੇ ਉਹ ਮੈਨੂੰ ਪੂਰੀ ਆਸ ਹੈ ਕਿ ਉਹ ਪਾਰਟੀ ਲਈ ਕਾਫੀ ਲਾਹੇਵੰਦ ਸਾਬਤ ਹੋਣਗੇ। ਕਾਂਗਰਸ ਪਾਰਟੀ ਦੇ ਵਿੱਚ ਬੜਾ ਦਮਾਦਸਾਨ ਚੱਲ ਰਿਹਾ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ। ਦੇਖੋ, ਜਿਹੜੇ ਵੱਡੇ ਪਰਿਵਾਰ ਨੇ ਜਾਂ ਵੱਡੀਆਂ ਪਾਰਟੀਆਂ ਨੇ ਉਸ ਦੇ ਵਿੱਚ ਹਮੇਸ਼ਾ ਜਦੋਂ ਪਾਰਟੀ ਸਾਡੇ, ਕਿਉਂਕਿ ਡੈਮੋਕ੍ਰੇਸੀ ਬਹੁਤ ਜ਼ਿਆਦਾ ਹੈ, ਜਿਹੜੀ ਸਾਡੀ ਪਾਰਟੀ ਦੀ ਡੈਮੋਕ੍ਰੇਸੀ ਹੈ ਉਸ ਡੈਮੋਕ੍ਰੇਸੀ ਦੇ ਸਦਕਾ ਜਿੰਨੇ ਵੀ ਸਾਡੇ ਲੀਡਰਸ ਹੈ ਉਹ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਵੀ ਕਰਦੇ ਆ, ਬੋਲਦੇ ਵੀ ਨੇ, ਪਰੰਤੂ ਹਾਈ ਕਮਾਂਡ ਜਿਹੜੀ ਸਾਡੀ ਉਹ ਜਾਗਰੂਕ ਹੈ, ਔਰ ਬਹੁਤ ਜਲਦੀ ਜਿਹੜਾ ਜੋ ਵੀ ਉਹਨਾਂ ਦੇ ਝਗੜੇ ਨੇ, ਜੋ ਵੀ ਉਹਨਾਂ ਦੀਆਂ ਮਿਸਅੰਡਰਸਟੈਂਡਿੰਗਸ ਨੇ, ਜੋ ਵੀ ਉਹਨਾਂ ਦੇ ਸੁਜੈਸ਼ਨਸ ਨੇ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਵੀ ਸਾਰੇ MLAs ਉੱਥੇ ਗਏ, ਸਾਰੇ ਮੰਤਰੀ, ਸਾਰੇ ਸਾਡੇ ਐਕਸ PCC ਪ੍ਰੈਜ਼ੀਡੈਂਟ, ਸਾਡੇ PCC ਪ੍ਰੈਜ਼ੀਡੈਂਟ, CM ਸਾਹਿਬ, ਉਹ ਸਾਰੇ ਜਿੰਨੀ ਵੀ ਕਮੇਟੀ ਖੜ੍ਹ ਗਈ ਕਮੇਟੀ ਹੈ ਉਸ ਦੇ ਅੱਗੇ ਪੇਸ਼ ਹੋਇਆ, ਔਰ ਮੈਨੂੰ ਇਹ ਪੂਰੀ ਆਸ ਹੈ ਕਿ ਸਾਡੀ ਹਾਈ ਕਮਾਂਡ ਜਿਹੜਾ ਇਸ ਮਸਲੇ ਨੂੰ ਬਹੁਤ ਜਲਦੀ ਹੱਲ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ 2017 ਤੋਂ ਬਾਅਦ ਜਿਸ ਤਰ੍ਹਾਂ ਵੱਡੀ ਜਿੱਤ ਦਰਜ ਕੀਤੀ ਹੈ 2022 ਦੇ ਵਿੱਚ ਵੀ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕਰੇਗੀ। ਅਗਰ ਕਿਸੇ ਦੇ ਦਿਲ ਦੇ ਵਿੱਚ ਕੋਈ ਵੀ ਗਲਤ ਫਹਿਮੀ ਹੁੰਦੀ, ਗਲਤ ਫਹਿਮੀ ਬੈਠ ਕੇ ਦੂਰ ਕੀਤੀ ਜਾਂਦੀ, ਮਗਰ ਇਹ ਬਿਲਕੁਲ ਆਹਮਣੇ ਸਾਹਮਣੇ ਉਹ ਸੋਸ਼ਲ ਮੀਡੀਆ 'ਤੇ ਬੋਲ ਕੇ ਕੱਢੀ ਜਾ ਰਹੀ। ਦੇਖੋ, ਜੋ ਸੋਸ਼ਲ ਮੀਡੀਆ ਦਾ ਜੋ ਵੀ ਕਿਸੇ ਨੂੰ ਜਿੰਨੀ ਵੀ ਫਰੀਡਮ ਹੈ, ਪਰੰਤੂ ਉਸਦੇ ਲਈ ਹਾਈ ਕਮਾਂਡ ਜਿਹੜੀ ਹੈ ਉਹ ਸਾਰਾ ਜਾਇਜ਼ਾ ਜਿਹੜਾ ਉਹਨਾਂ ਦੀ ਪੈਨੀ ਨਜ਼ਰ ਹੈ ਉਹ ਹਰ ਇੱਕ ਲੀਡਰ ਬਾਰੇ, ਹਰ ਇੱਕ ਵਰਕਰ ਬਾਰੇ, ਹਰ ਇੱਕ ਕਾਰਿਆਕਰਤਾ ਬਾਰੇ, ਉਹਨਾਂ ਦੀ ਹਰ ਇੱਕ ਫੀਡਬੈਕ, ਹਰ ਇੱਕ ਇਨਫੋਰਮੇਸ਼ਨ ਜਿਹੜੀ ਹੈ ਉਹਨਾਂ ਦੀ ਨੌਲੇਜ 'ਚ ਹੈ, ਔਰ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ, ਉਹਨਾਂ ਨੂੰ ਦੱਸਿਆ ਵੀ ਜਾ ਰਿਹਾ ਕਿ ਕਿਹੜਾ ਜਿਹੜੇ ਕੰਮ ਨੇ ਕਿੱਥੇ ਬੋਲਣਾ ਪਾਰਟੀ ਲਈ ਸਹੀ ਹੈ ਅਤੇ ਕਿੱਥੇ ਬੋਲਣਾ ਨਹੀਂ ਸਹੀ। ਇਹ ਸਾਰੀ ਮੀਟਿੰਗ ਜਿੰਨੀ ਵੀ ਹਾਈ ਕਮਾਂਡ ਦੇ ਲੈਵਲ 'ਤੇ ਜਿੰਨਾ ਵੀ ਐਕਸਰਸਾਈਜ਼ ਚੱਲ ਰਹੀ ਹੈ ਉਹ ਸਾਰੀਆਂ ਜਿਹੜੇ ਜਿੰਨੇ ਵੀ ਇਸ਼ੂਜ਼ ਨੇ, ਮਿਸਅੰਡਰਸਟੈਂਡਿੰਗਸ ਨੇ, ਇਹਨਾਂ ਨੂੰ ਸੈਟਲ ਕਰਨ ਦੇ ਲਈ ਚੱਲ ਰਹੇ ਹਨ। ਜਦੋਂ ਉਸ ਕਾਂਗਰਸ ਸਰਕਾਰ ਬਣੀ ਸੀ, ਕਾਂਗਰਸ ਸਰਕਾਰ ਨੇ ਬੜੇ ਵਾਅਦੇ ਪੂਰੇ ਕੀਤੇ ਜੀ, ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਵਾਅਦੇ ਪੂਰੇ ਕੀਤੇ ਅਤੇ ਕਿਹੜੇ ਰਹਿ ਗਏ? ਦੇਖੋ, ਜਿਸ ਤੱਕ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹਾਂਗਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ
ਜਿਸ ਸੂਬੇ ਦੇ ਵਿੱਚ ਸਭ ਤੋਂ ਪਹਿਲਾਂ UPA ਨੇ ਕਿਸਾਨਾਂ ਦੀ ਕਰਜ਼ ਮਾਫ਼ੀ ਕੀਤੀ ਸੀ, ਡਾਕਟਰ ਮਨਮੋਹਨ ਸਿੰਘ ਨੇ 70,000 ਕਰੋੜ ਉਦੋਂ ਮਾਫ਼ ਕੀਤਾ ਸੀ, ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ, ਇੱਕ ਅਜਿਹਾ ਸੂਬਾ ਸਾਡਾ ਪੰਜਾਬ ਦੇ ਵਿੱਚ, ਉਹਨਾਂ ਨੇ ਜਿਹੜਾ ਕਿਸਾਨਾਂ ਦੀ ਕਰਜ਼ ਮਾਫ਼ੀ ਜਿਹੜਾ ਸਭ ਤੋਂ ਪਹਿਲਾਂ ਜਦੋਂ ਸਾਡੀ ਸਰਕਾਰ ਆਈ ਹੈ ਉਸ ਤੋਂ ਬਣਦੇ ਸਾਰ ਹੀ 4600 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੀ ਕਰਜ਼ ਮਾਫ਼ੀ ਹੋਈ ਹੈ, ਔਰ ਕਿਸਾਨਾਂ ਦੀ ਕਰਜ਼ ਮਾਫ਼ੀ ਤੋਂ ਬਾਅਦ ਜਿਹੜਾ ਬਹੁਤ ਜਲਦੀ ਜਿਹੜੇ 526 ਕਰੋੜ ਜਿਹੜੇ ਸਾਡੇ ਗਰੀਬਾਂ ਦੇ ਕਰਜ਼ ਨੇ, ਨੌਨ ਐਗਰੀਕਲਚਰ ਜਿਹੜੇ ਲੋਨਸ ਨੇ, ਉਹਨਾਂ ਨੂੰ ਬਹੁਤ ਜਲਦੀ ਮਾਫ਼ ਕੀਤਾ ਜਾ ਰਿਹਾ। ਇਸੇ ਤਰ੍ਹਾਂ 200 ਯੂਨਿਟ ਬਿਜਲੀ ਜਿਹੜੀ ਹੈ ਉਹ ਸਾਰੇ ਗਰੀਬ ਪਰਿਵਾਰਾਂ ਨੂੰ ਤੋਂ ਮਿਲਦੀ ਹੈ, ਅਤੇ ਇਸ ਤੋਂ ਇਲਾਵਾ ਵੀ ਸਾਰਿਆਂ ਨੂੰ ਜਿਹੜਾ 200 ਯੂਨਿਟ ਮਾਫ਼ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਵੀ ਬਹੁਤ ਜਲਦੀ ਜਿਹੜੀ ਆ ਉਹ ਚੱਲ ਰਹੀ ਹੈ। ਬਾਕੀ ਜਿਸ ਤੱਕ ਇੰਪਲੋਇਮੈਂਟਸ ਦੀ ਗੱਲ ਹੈ, ਜਿਸ ਤੱਕ ਰੁਜ਼ਗਾਰ ਦੀ ਗੱਲ ਹੈ, ਹਾਲਾਂਕਿ ਅਨਇੰਪਲੋਇਮੈਂਟ ਰੇਟ ਕੋਵਿਡ ਕਰਕੇ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਹਾਈਐਸਟ ਹੈ, ਪਰੰਤੂ ਉਸ ਦੇ ਬਾਵਜੂਦ ਵੀ ਸਾਡੀ ਸਰਕਾਰ ਨੇ 60,000 ਦੇ ਕਰੀਬ ਜਿਹੜੀਆਂ ਉਹ ਸਰਕਾਰੀ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ, ਔਰ ਬਹੁਤ ਜਲਦੀ 1 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਉਹ ਸਾਡੀ ਸਰਕਾਰ ਦੇਣ ਜਾ ਰਹੀ ਹੈ। ਇਸ ਤਰ੍ਹਾਂ 15 ਲੱਖ ਦੇ ਕਰੀਬ ਰੁਜ਼ਗਾਰ ਜਿਹੜੇ ਆ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਸਾਡੀ ਸਰਕਾਰ ਨੇ ਦਿੱਤੇ ਆ, ਜਾਂ ਉਹਨਾਂ ਦੀ ਰੁਜ਼ਗਾਰ ਦੇਣ ਦੇ ਵਿੱਚ, ਸਵੈ ਰੁਜ਼ਗਾਰ ਦੇ ਵਿੱਚ ਕਾਫੀ ਜਿਹੜੀ ਮਦਦ ਕੀਤੀ ਹੈ, ਔਰ ਇਸੇ ਤਰ੍ਹਾਂ ਰੁਜ਼ਗਾਰ ਤੋਂ ਇਲਾਵਾ ਹੋਰ ਵੀ ਜਿੰਨੇ ਕੰਮ ਨੇ, ਚਾਹੇ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਸ਼ੂ ਜਿਹੜਾ ਹੈ ਬਹੁਤ ਵੱਡਾ ਇਸ਼ੂ ਸੀ, ਇਸ ਇਸ਼ੂ ਨੂੰ ਜਿਹੜਾ ਸੈਟਲ ਕੀਤਾ ਹੈ, ਔਰ ਹੋਰ ਵੀ ਕਾਫੀ ਕੰਮ ਜਿਹੜੇ ਸਾਡੀ ਸਰਕਾਰ ਵੱਲੋਂ ਜਿੰਨੇ ਵੀ ਵਾਅਦੇ ਕੀਤੇ ਗਏ ਆ ਉਹ ਬਹੁਤ ਜਲਦੀ ਪੂਰੇ ਕੀਤੇ ਜਾ ਰਹੇ ਆ। ਅਤੇ ਸਾਡੀ ਇਹ ਵੀ ਕੀਤਾ ਸੀ ਘਰ ਘਰ ਨੌਕਰੀ, ਘਰ ਘਰ ਨੌਕਰੀ ਹੋ ਗਈ ਹੈ, ਦੇ ਦਿੱਤੀ ਗਈ ਹੈ। ਦੇਖੋ ਜਿਸ ਤਰ੍ਹਾਂ ਤੁਸੀਂ ਘਰ ਘਰ ਨੌਕਰੀ ਦੀ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰ ਚੁੱਕਾ ਕਿ ਕੋਵਿਡ ਤੋਂ ਬਾਅਦ ਪਰਿਸਥਿਤੀਆਂ ਐਸੀਆਂ ਹੋਈਆਂ ਕਿ ਅਨਇੰਪਲੋਇਮੈਂਟ ਰੇਟ ਜਿਹੜਾ ਪੂਰੇ ਦੇਸ਼ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਹੀ ਬਹੁਤ ਜ਼ਿਆਦਾ ਹੈ। ਇੱਥੋਂ ਤੱਕ ਕਿ ਕੇਂਦਰ ਸਰਕਾਰ ਨੇ 2 ਕਰੋੜ ਹਰ ਸਾਲ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਔਰ ਜੇਕਰ ਉਹਨਾਂ ਦੇ 7 ਸਾਲਾਂ ਦੀ ਗੱਲ ਕਰੀਏ ਤਾਂ ਟੋਟਲ 8 ਲੱਖ ਰੁਜ਼ਗਾਰ ਜਿਹੜੇ ਹੈ ਉਹ ਮੋਦੀ ਨੇ ਦਿੱਤੇ ਆ। ਅਤੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਉਸ ਦੇ ਬਾਵਜੂਦ ਪੰਜਾਬ ਦੇ ਵਿੱਚ ਹਾਲਾਂਕਿ ਇੰਡਸਟਰੀ ਜਿੰਨੀ ਵੀ ਹੈ ਉਸ ਇੰਡਸਟਰੀ ਦੇ ਤਹਿਤ ਲਗਭਗ ਜਿਹੜਾ ਹੈ 60,000 ਤੇ ਅਸੀਂ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ, 60,000 ਤੋਂ ਵੀ ਜ਼ਿਆਦਾ, ਔਰ 15 ਲੱਖ ਦੇ ਕਰੀਬ ਜਿਹੜਾ ਪ੍ਰਾਈਵੇਟ ਜਿਹੜਾ ਸੈਕਟਰ ਹੈ ਉਸ ਦੇ ਵਿੱਚ ਵੀ ਰੁਜ਼ਗਾਰ ਅਸੀਂ ਦੇਣ ਦੇ ਵਿੱਚ ਬਹੁਤ ਸਾਡੇ ਨੌਜਵਾਨ ਬੱਚਿਆਂ ਦੀ ਮਦਦ ਕੀਤੀ ਹੈ। ਔਰ ਕੈਪਟਨ ਸਰਕਾਰ ਦੀ ਇਹ ਸੋਚ ਹੈ ਜਾਂ ਉਹਨਾਂ ਦੀ ਇਹ ਪਹਿਲ ਹੋਏਗੀ ਕਿ ਅਸੀਂ ਜਿਹੜੇ ਹੋਰ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਜਿਹੜੇ ਉਹ ਦੇਈਏ। ਆਏ ਦਿਨ ਕੋਈ ਨਾ ਕੋਈ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਬਲਖਰਾਬ ਨਾਅਰੇਬਾਜ਼ੀ ਕਰਦਾ ਦਿਖਾਈ ਦਿੰਦਾ, ਧਰਨੇ ਲਾਉਂਦਾ ਦਿਖਾਈ ਦਿੰਦਾ। ਕੱਲ੍ਹ ਡਾਕਟਰ ਜਿਹੜੇ ਹੈਗੇ, ਕੱਲ੍ਹ ਡਾਕਟਰਾਂ ਨੇ ਵੀ ਐਮਰਜੈਂਸੀ ਦੇ ਬਾਅਦ ਧਰਨਾ ਲਗਾਇਆ, ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਬਾਰੇ ਸੋਚਦੀ ਨਹੀਂ ਹੈ, ਹਾਲੇ ਕਿ ਕੋਵਿਡ ਦੇ ਵਿੱਚ ਅਸੀਂ ਫਰੰਟ ਲਾਈਨ ਦੇ ਉੱਤੇ ਆ ਕੇ ਕੰਮ ਕੀਤਾ। ਆ ਦੇਖੋ ਜਿਹੜੀ ਡੈਮੋਕ੍ਰੇਸੀ ਹੈ, ਇਸ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਮੁਜ਼ਾਹਰੇ ਕਰਨ ਦਾ ਹੱਕ ਹੈ, ਹਰ ਇੱਕ ਨੂੰ ਨਾਅਰੇਬਾਜ਼ੀ ਕਰਨ ਦਾ ਹੱਕ ਹੈ, ਸਰਕਾਰ ਦੇ ਖਿਲਾਫ਼ ਬੋਲਣ ਦਾ ਹੱਕ ਹੈ। ਅਤੇ ਮੈਂ ਆਪ ਨੂੰ ਕਿਉਂਕਿ ਜਿਹੜੇ ਡਾਕਟਰਸ ਨੂੰ ਇੱਕ ਜਿਹੜੀ ਸਾਡੀ ਕਮੇਟੀ ਬਣਾਈ, ਕੈਪਟਨ ਸਾਹਿਬ ਨੇ ਕਮੇਟੀ ਬਣਾਈ ਹੈ ਜਿਸ ਦੇ ਵਿੱਚ ਸਾਡੇ 3 ਮਿਨਿਸਟਰਸ ਨੇ ਅਤੇ ਸਾਡੇ ਕੁਝ ਬਿਊਰੋਕਰੈਟਸ ਵੀ ਨੇ, ਉਹ ਕਮੇਟੀ ਜਿਹੜੀ ਆ ਲਗਾਤਾਰ ਅਧਿਐਨ ਕਰ ਰਹੀ ਹੈ। ਡਾਕਟਰਸ ਦੇ ਨਾਲ ਉਹਨਾਂ ਦੀ ਮੀਟਿੰਗ ਹੋ ਚੁੱਕੀ ਹੈ, ਔਰ ਉਸ ਮੀਟਿੰਗ ਦੇ ਤਹਿਤ ਮੈਨੂੰ ਲੱਗਦਾ ਕਿ ਬਹੁਤ ਜਲਦੀ ਜਿਹੜਾ ਉਹਨਾਂ ਦਾ NPA ਦਾ ਮਰਜ ਕਰਨ ਦਾ ਇਸ਼ੂ ਹੈ ਉਹ ਬਹੁਤ ਜਲਦੀ ਜਿਹੜਾ ਹੱਲ ਹੋ ਜਾਏਗਾ। ਇਸੇ ਤਰ੍ਹਾਂ ਹੋਰ ਵੀ ਡਿਪਾਰਟਮੈਂਟਸ ਨੇ ਜਿੰਨੀਆਂ ਵੀ ਸਟ੍ਰਾਈਕਸ ਚੱਲ ਰਹੀਆਂ ਨੇ, ਸਾਡੇ ਸਰਕਾਰ ਦੀ ਇਹ ਕੋਸ਼ਿਸ਼ ਹੈ, ਕੈਪਟਨ ਅਮਰਿੰਦਰ ਸਿੰਘ ਜੀ ਦੀ ਕੋਸ਼ਿਸ਼ ਹੈ ਕਿ ਸਾਰੇ ਕਰਮਚਾਰੀਆਂ ਨੂੰ ਸੁਣਿਆ ਜਾਵੇ, ਸਰਕਾਰੀ ਕਰਮਚਾਰੀਆਂ ਨੂੰ ਸੁਣਿਆ ਜਾਵੇ, ਉਹਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ। ਔਰ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਜਿਹੜੀ ਇਹ ਹੈ ਕਿ ਜਿਹੜਾ 6th Pay ਕਮਿਸ਼ਨ ਹੈ ਉਹ ਲਾਗੂ ਕਰ ਦਿੱਤਾ ਗਿਆ, ਔਰ ਉਸ ਦੇ ਤਹਿਤ ਜਿਹੜਾ ਪਹਿਲਾਂ ਜਿਹੜਾ ਸਾਡੇ 7,000 ਦੇ ਕਰੀਬ ਜਿਹੜਾ 6900 ਕੁਛ ਜਿਹੜਾ ਬੇਸਿਕ ਜਿਹੜਾ ਉਹਨਾਂ ਨੂੰ ਘੱਟ ਤੋਂ ਘੱਟ ਤਨਖਾਹ ਮਿਲਦੀ ਸੀ, ਇਸ 6th Pay ਕਮਿਸ਼ਨ ਦੇ ਤਹਿਤ ਘੱਟ ਤੋਂ ਘੱਟ ਜਿਹੜਾ 18,000 ਰੁਪਏ ਜਿਹੜਾ ਉਹ ਮਿਲੇਗਾ, ਔਰ ਇੰਨੇ ਨਹੀਂ ਜਿਹੜਾ ਲਗਭਗ ਕਰੀਬ ਜਿਹੜਾ 12,000 ਕਰੋੜ ਰੁਪਈਆ ਜਿਹੜਾ ਉਹਨਾਂ ਦਾ ਬਕਾਇਆ ਉਹ ਵੀ ਜਿਹੜਾ 4,000 ਕਰੋੜ ਦੇ ਕਰੀਬ ਜਿਹੜਾ ਬਕਾਇਆ ਉਹ ਇਸੇ ਸਾਲ ਅਸੀਂ ਕੁਛ ਅਕਤੂਬਰ ਦੇ ਵਿੱਚ ਕੁਛ ਜਨਵਰੀ ਦੇ ਵਿੱਚ ਅਸੀਂ ਦੇਵਾਂਗੇ, ਅਤੇ ਉਸ ਤੋਂ ਇਲਾਵਾ ਜਿੰਨਾ ਵੀ ਸਾਡਾ ਬੈਲੈਂਸ ਵੀ ਉਸ ਤੋਂ ਉਹਨੂੰ ਵੀ ਜਿਹੜਾ ਜਲਦੀ ਕਲੀਅਰ ਕੀਤਾ ਜਾਏਗਾ। CM ਅਤੇ DC ਦਲਿਤ ਤੋਂ ਹੋਏਗਾ, ਇਹਦੇ ਬਾਰੇ ਵੀ ਕਾਫੀ ਚਰਚਾ ਕਰੀ, ਕਾਂਗਰਸ ਕੀ ਬਾਤ ਸੋਚਦੀ ਹੈ? ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਬਿਲਕੁਲ ਸੱਚ ਹੈ ਕਿ ਜਿਹੜਾ ਪੰਜਾਬ ਹੈ ਇੱਕ ਉਹ ਸੂਬਾ ਹੈ ਜਿੱਥੇ ਦਲਿਤ ਪਾਪੂਲੇਸ਼ਨ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ, ਇਸ ਵੇਲੇ ਜਿਹੜਾ ਪੰਜਾਬ ਦਾ ਦਲਿਤ ਹੈ ਉਹ ਸਭ ਤੋਂ ਜ਼ਿਆਦਾ ਜਾਗਰੂਕ ਹੈ, ਪੰਜਾਬ ਦਾ ਦਲਿਤ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਹੈ, ਜਿਹੜੇ ਪੰਜਾਬ ਦੇ ਦਲਿਤ ਦੀ ਇਸ ਵੇਲੇ ਸੋਚ ਹੈ, ਜਿਹੜੀ ਗਰਾਊਂਡ ਪੱਧਰ 'ਤੇ ਸੋਚ ਹੈ ਉਸ ਦੀ ਸੋਚ ਅੱਜ ਇਹ ਆ ਕਿ ਜਿਹੜੇ ਉਹਦੇ ਹੱਕ ਹੈ, ਜਿਹੜੇ ਉਹਨਾਂ ਦੇ ਹੱਕ ਜਿਹੜੇ ਉਹਨੂੰ ਮਿਲਣੇ ਚਾਹੀਦੇ ਆ, ਉਹ ਹੱਕਾਂ ਦੀ ਗੱਲ ਸਰਕਾਰਾਂ ਪਹਿਲਾਂ ਕਰਨ, ਨਾ ਕਿ CM DC ਦੀ ਗੱਲ ਨਾ ਕਰਨ। ਸਰਕਾਰਾਂ ਜਿਹੜੀਆਂ ਉਹਨਾਂ ਦੇ ਹੱਕ, ਜੇਕਰ ਸਾਡੇ ਇੰਪਲੋਈਜ਼ ਦੇ ਹੱਕ ਨੇ, ਸਾਡੇ ਬੱਚਿਆਂ ਦੇ ਹੱਕ ਨੇ, ਸਟੂਡੈਂਟਸ ਦੇ ਹੱਕ ਨੇ, ਨੌਕਰੀਆਂ ਦੀ ਗੱਲ ਹੈ, ਜੇ ਪੰਜਾਬ ਦਾ ਦਲਿਤ ਤੇ ਚਾਹੁੰਦਾ ਹੈ ਕਿ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਹੱਕ ਜਿਹੜੇ ਆ ਉਹ ਦਿੱਤੇ ਜਾਣ, ਕੋਈ ਵੀ ਸਰਕਾਰ ਹੋਵੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਜਿਹੜੇ ਸਟੂਡੈਂਟ ਹੈ ਆਏ ਦਿਨ ਸੜਕਾਂ ਦੇ ਉੱਤੇ ਬੈਠਦੇ ਦਿਖਾਈ ਦਿੰਦੇ, ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਸਾਨੂੰ ਰੋਲ ਨੰਬਰ ਨਹੀਂ ਦੇ ਰਹੀ, ਤੁਹਾਡੇ ਹੀ ਮੰਤਰੀਆਂ ਵੱਲੋਂ ਇਹ ਕਿਹਾ ਗਿਆ ਕਿ ਸਰਕਾਰ ਸਾਨੂੰ ਪੈਸੇ ਨਹੀਂ ਦੇ ਰਹੀ।
देखो जिस तक पोस्ट मैट्रिक स्कॉलरशिप का इशू है वो 100% जिहड़ा वो लगभग हल हो चुका है। उस दे विच सब तो ज़्यादा जिहड़ी जेकर किसी का दोष है तो वह जिहड़ी केंद्र सरकार है मोदी जी की सरकार है उसका सब तो बड़ा दोष है, क्योंकि जो डॉक्टर मनमोहन सिंह जी ने 5 साल लिए 2012 के विच जिहड़ी स्कीम है वो लॉन्च की तो वह 17 चो जिहड़ी स्कीम है वो मतलब खत्म हो गई। उस तो बाद इन्होंने दोबारा उन्होंने लॉन्च करना सी, दोबारा रीविजिट करना सी। उस तो बाद 3 साल बिल्कुल भी इस स्कीम बारे पूछा नहीं गया, कुछ लॉन्च नहीं किया गया और स्टेट्स नूं कुछ नहीं दस्या गया और वो 3 साल करके साढ़े पंजाब च ही नहीं करोड़ों बच्चों का जिहड़ा भविख पूरे देश दे विच खराब होया। और जदों डॉक्टर जदों कैप्टन अमरिंदर सिंह जी ने डॉक्टर बी आर अंबेडकर पोस्ट मैट्रिक स्कॉलरशिप जिहड़ी स्कीम शुरू की जदों सानूं पता लग गया कि जिहड़ी हुण केंद्र सरकार है वह बेईमान हो गई है, वह कोई भी जिहड़ा पैसा वो पोस्ट मैट्रिक स्कॉलरशिप ने नहीं देगी, तो उस तो बाद असी 100% स्टेट फंडड स्कीम जदों यह शुरू की स्कॉलरशिप की तो उस तो बाद केंद्र सरकार की नींद खुली और उन्होंने फिर अपनी जिहड़ी उन्हां दी अपनी जिहड़ी उह स्कीम दुबारा जिहड़ी नैशनल पोस्ट मैट्रिक स्कॉलरशिप स्कीम सी उसनू दुबारा शुरू किया और शुरू भी जिहड़ा 3 सालों की गल अजे भी नहीं की उन्होंने, परंतु यह भी जिहड़ी पंजाब सरकार का जिहड़ा बैलेंस बकाया उन्होंने 3 सालों का वो असी रिलीज़ कर दिता है। बाकी केंद्र सरकार का देखते हैं कि कदों कितनी जल्दी जिहड़ा केंद्र सरकार फैसला लैंदी है और वो जिहड़ा इन्हां दा एरियर्स है वो कदों लॉन्च करती है। बाकी साडे वल्लों जिन्ने भी आने वाले साल ने उस दे लई असी जिहड़ी स्कीम जिहड़ी शुरू की है उस दे तहत दलित विद्यार्थियों नूं कोई भी समस्या नहीं आएगी। श्रोमणी अकाली दल ते BSP का गठजुट हो रहा, तुहानू की लगता आने वाले इलेक्शन दे विच कांग्रेस नूं उहदा कोई लॉस होएगा? देखो श्रोमणी अकाली दल जिहड़ा श्रोमणी अकाली दल ते BSP का जिहड़ा अलायंस है ये दोनों पार्टियां का आधार लगभग खत्म हो चुका है। जिहड़ी BSP का जिहड़ा वोट शेयर है वह लगभग 1.5% रह गया और वैसे भी जो इन्हां दा अलायंस होया उस तो जिहड़ी बहुजन समाज पार्टी के जिहड़े वर्कर ने जिहड़ा उन्हां दा ग्राउंड लैवल वर्कर वो बहुत परेशान है, क्योंकि उन्होंने अजिहियां सीटां उन्होंने उन्हां दा ये सोचना है कि सानू अजिहियां सीटां दित्तियां गईयां जिहड़ियां जिथों साडा बेस ही नहीं है। सो इस करके मैनू सब तो पहलां तो यह लगता है कि जिहड़ा ये इन्हां दा अलायंस है जिहड़ा इन्हां दा ये गठजोड़ है ये बहुत ही देर चलेगा ही नहीं, और दूसरा जेकर चलेगा भी तो यह कदे भी कामयाब नहीं होएगा, क्योंकि जिहड़ा BSP का वोट शेयर तो ऑलरेडी बहुत घट हो गया है तो अकाली दल जिहड़ा ऑलरेडी जिहड़ा वो काफ़ी बदनाम भी हो चुका है तो काफ़ी जिहड़ा अकाली दल नूं खोरा लग चुका है। तो मैनूं यह लगता कि अकाली BSP जिहड़ा अलायंस है ये कोई ज़्यादा कोई जिहड़ा किसी पार्टी के प्रोस्पैक्ट्स नहीं खराब कर सकेगा। कांग्रेस पहलां भी बहुत बड़े मार्जन नाल 77 सीटां दे नाल जीती है तो इस बार भी बहुत बड़ी जीत दर्ज करेगी, यानी कि कांग्रेस नूं कोई लॉस नहीं दिखता? बिल्कुल बिल्कुल कांग्रेस नूं कोई लॉस नहीं होएगा। अज चंडीगढ़ के अरविंद केजरीवाल वालों प्रैस कॉन्फ्रेंस की गई है, कॉन्फ्रेंस के 300 यूनिट फ्री और जगह सरकार आ गई तो पुराने जिहड़े बिजली के बिल है वो माफ़ करन दा ऐलान किया गया। देखो केजरीवाल दे ड्रामे जिहड़े सारे ड्रामे आ ये जदों पिछली बार 2017 दे विच आए आ तो ड्रामे जिहड़े उदों भी इन्हां वल्लों शुरू किए गए सी, उदों भी ये सारियां गल्लां तां उदों भी कीतियां गईयां सी, परंतु जिहड़ा पंजाबी है वो जागरूक है। 200 यूनिट तां पहलां भी गरीब परिवारां नूं जिहड़ी बिजली है वह फ्री मिलती है और जिहड़े बाकी दे परिवार रहिंदे आ सारे परिवारों को भी 200 यूनिट बिजली फ्री देने की जी कंसीडरेशन वो CM साहब कर रहे हैं। तो बाकी जिस तरह मैं इन्हों पुछना चाहता भी ठीक है 200 यूनिट या 300 यूनिट ठीक है जुमले हो सकते हैं, परंतु मैं ये पुछना चाहता कि जोड़े उत्थे किसान ने वो भी तो किसान ने ना जोड़े भावें 50,000 ने, मैं सब तो पहला तो इन्होंने असं यही पुछना चाहते कि उन्होंने बिजली माफ है? पंजाब तो 7,000 करोड़ की सबसिडी जी है वो तो किसानों दे रहा उत्थे तो एक पैसे की भी सबसिडी नहीं, किसानों तो बिल ले जा रहे लगातार। और दूसरी गल मैं पूछनी चाहता भी कर्ज माफ़ी की गल करते हैं कि किसानों के कर्ज माफ़ किए जाएंगे तो कि इन्होंने दिल्ली के जोड़े किसान है भावें 50,000 ही ने कि उन्होंने सारे कर्जे माफ़ कर दिए हैं? सो इस करके सिर्फ एक किसानों के नाते पंजाब के किसानों के नाते सिर्फ एक सियासत की जा रही है और सब तो वड्डी किसानों के नाल जो उन्हों की पिठ दे विच छुरा इस सरकार ने मारिया जदों किसान दिल्ली दियां बरूहां ते अंदोलन कर रहा सी ते सब तो बड़ा जिहड़ा जिहड़ी किसानां दे नाल जो इन्हां ने जो कोझा मजाक किया वो ये है कि जिहड़ा एसेंशियल कमोडिटीज़ एक्ट है सब तो पहला जिहड़ी गजट नोटिफिकेशन उहनूं इन्हां ने कहा भी हाँ ये कानून ठीक है वो दिल्ली ने सब तो पहला गजट नोटिफिकेशन की। सो इस तो बाद जिहड़ा केजरीवाल का सारा लगभग केजरीवाल साहब जिन्ने भी एक्सपोज हो चुके हैं और जिन्ना सेहत सेवावां ते बड़ा माण सी कि साड़ियां सेहत सेवावां बहुत वधिया ने साडे होला महला क्लीनिक साडे होला महला नहीं जिहड़े साडे हो हल्ला क्लीनिक जिहड़ा मोहल्ला क्लीनिक जिहड़े कहिंदे सी वो भी इन्हां दे हो हल्ला क्लीनिक हो निबड़े और उत्थे दिल्ली दे हस्पताल जे इन्ने बेहतर सी ते उत्थे कोविड दे विच जो मरीज़ों के हालात होए है मरीज़ों नूं हस्पताल च दाखिल होण दी जगह नहीं सी मिलदी और सारे मरीज़ बेचारे हस्पतालों के बाहर ही कई मरीज़ कोविड नाल संघर्ष करते हुए उन्होंने अपने प्राण त्याग दिते और इन्ना ही नहीं जिहड़ा जिहड़े
ਇਹ ਤਾਂ ਹਸਪਤਾਲਾਂ ਦੀ ਮੈਂ ਗੱਲ ਕਰਦਾ, ਪਰੰਤੂ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਜਿਹੜੇ ਮੁਰਦੇ ਸੀ, ਜਿਹੜੇ ਮ੍ਰਿਤਕ ਸੀ, ਉਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਵੀ ਜਗ੍ਹਾ ਤੱਕ ਨਹੀਂ ਮਿਲੀ। ਜੀ, ਪੰਜਾਬ ਸੂਬਾ ਬਿਜਲੀ ਪੈਦਾ ਕਰਦਾ, ਫਿਰ ਵੀ ਇੱਥੇ ਬਿਜਲੀ ਮਹਿੰਗੀ ਹੈ। ਦੇਖੋ, ਪੰਜਾਬ ਸੂਬਾ ਜਿਹੜਾ ਬਿਜਲੀ ਪੈਦਾ ਕਰਦਾ ਬਿਲਕੁਲ ਠੀਕ ਹੈ, ਪਰੰਤੂ ਕੁਛ ਜਿਹੜੇ ਐਗਰੀਮੈਂਟਸ ਨੇ ਪਿਛਲੀ ਸਰਕਾਰ ਦੇ ਦੌਰਾਨ ਹੋਏ, ਉਸਨੂੰ ਅਸੀਂ ਰਿਵਿਊ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰੰਤੂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਪੰਜਾਬ ਬਿਜਲੀ ਪੈਦਾ ਕਰਦਾ, ਬਿਜਲੀ ਜੇਕਰ ਮਹਿੰਗੀ ਵੀ ਹੈ, ਤਾਂ ਉਸਨੂੰ ਬਿਲਕੁਲ ਕੈਪਟਨ ਸਰਕਾਰ ਲਗਾਤਾਰ ਉਸਨੂੰ ਜਿਹੜਾ ਉਸ 'ਤੇ ਉਸਨੂੰ ਕੰਟਰੋਲ ਕਰਨ ਦੇ ਵਿੱਚ, ਉਸਦੇ ਰੇਟਸ ਘਟਾਉਣ ਦੇ ਵਿੱਚ ਕੋਸ਼ਿਸ਼ ਕਰਦੀ ਰਹੀ ਹੈ। ਚਾਹੇ ਉਹ ਇੰਡਸਟਰੀਅਲਿਸਟ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਗੱਲ ਹੋਵੇ, ਚਾਹੇ ਉਹ ਕਿਸਾਨਾਂ ਨੂੰ ਫ੍ਰੀ ਬਿਜਲੀ ਦੇਣ ਦੀ ਗੱਲ ਹੋਵੇ। ਜੇਕਰ ਅਸੀਂ ਸਬਸਿਡੀਜ਼ ਦਾ ਕੰਪੈਰੀਜ਼ਨ ਕਰੀਏ, ਤਾਂ 10,500 ਕਰੋੜ ਦੀ ਸਬਸਿਡੀ ਪੰਜਾਬ ਦਿੰਦਾ ਹੈ, ਅਤੇ ਇਹ ਕਿੰਨੀ ਸਬਸਿਡੀ ਦਿੰਦੇ ਆ? 2,000 ਕਰੋੜ ਤੋਂ ਵੀ ਘੱਟ। ਸੋ ਇਸ ਕਰਕੇ ਪੰਜਾਬ 'ਚ ਭਾਵੇਂ ਰੈਵਨਿਊ ਰਿਸੋਰਸਿਸ ਉਨੇ ਨਹੀਂ ਹੈ, ਪੰਜਾਬ ਦਾ ਰੈਵਨਿਊ ਦਿੱਲੀ ਜਿੰਨਾ ਨਹੀਂ ਹੈ, ਪਰੰਤੂ ਫਿਰ ਵੀ ਸਾਡੀ ਸਬਸਿਡੀ ਜਿਹੜੀ ਹੈ, ਇਹਨਾਂ ਤੋਂ ਬਹੁਤ ਜ਼ਿਆਦਾ ਸਬਸਿਡੀ ਜਿਹੜਾ ਪੰਜਾਬ ਸਰਕਾਰ ਦੇ ਰਿਹਾ, ਉਹ ਤਾਂ ਬਿਜਲੀ ਰੇਟ ਘੱਟਦੀ ਗਈ ਹੈ, ਪੰਜਾਬ ਬਹੁਤ ਬਹੁਤ ਸਾਰੀ ਬਿਜਲੀ ਤਾਂ ਮੁਫ਼ਤ ਦਿੱਤੀ ਜਾ ਰਹੀ ਹੈ। ਕਿਸਾਨਾਂ ਦੀ ਗੱਲ ਕੀਤੀ, ਕੱਲ੍ਹ ਕਿਸਾਨ ਪੰਜਾਬ ਸਰਕਾਰ ਦੇ ਬਲਕਾ ਭੋਗਪੁਰ ਦੇ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾਏਗੀ, ਫਿਰ ਵੀ ਕਹਿਣ ਦੇ ਬਾਵਜੂਦ ਹੀ ਜਿਹੜੇ ਕਿਸਾਨਾਂ ਨੂੰ ਬੱਤੀ ਦੇ ਰਹੇ 3 ਜਾਂ 4 ਘੰਟੇ। ਦੇਖੋ, ਸਵੇਰੇ ਜਿਹੜੇ ਸਾਡੇ CMD ਸਾਹਿਬ ਹੈ ਵੇਨੂ ਪ੍ਰਸਾਦ ਜੀ, ਮੇਰੀ ਉਹਨਾਂ ਨਾਲ ਵੀ ਗੱਲ ਹੋਈ ਹੈ, ਇਹ ਲਗਾਤਾਰ ਪਿਛਲੇ ਕੱਲ੍ਹ ਵੀ, ਅੱਜ ਵੀ ਔਰ ਅੱਜ ਤੋਂ ਬਾਅਦ ਵੀ ਜਿਹੜੀ ਬਿਜਲੀ ਆ ਉਹ ਲਗਾਤਾਰ 8 ਘੰਟੇ ਮਿਲ ਰਹੀ ਹੈ। ਔਰ ਜਿੱਥੇ ਕਿਤੇ ਪਾਵਰ ਕੱਟਸ ਦੀ ਪ੍ਰੋਬਲਮ ਹੈ, ਉਹਨਾਂ ਨੂੰ ਅਸੀਂ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ, ਜਿਹੜਾ ਲੋਕਲ ਸਟਾਫ ਹੈ, ਉਹ ਉਹਨਾਂ ਨੂੰ ਕਹਿ ਦਿੱਤਾ ਗਿਆ। ਔਰ ਮੈਨੂੰ ਇਹ ਆਸ ਹੈ ਕਿ ਜਲਦੀ ਜਿਹੜੀ ਉਹ ਸਮੱਸਿਆ, 8 ਘੰਟੇ ਬਿਜਲੀ ਕਿਹਾ ਅਤੇ 8 ਘੰਟੇ ਹੀ ਮਿਲੇਗੀ। ਇਹ ਸੀ SC ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾਕਟਰ ਰਾਜਕੁਮਾਰ ਚੱਬੇਵਾਲ, ਜਿਨ੍ਹਾਂ ਨੇ ਕਿਹਾ ਕਿ ਜੋ ਵੀ ਦਿੱਲੀ ਦੀ ਸਰਕਾਰ ਕਹਿ ਰਹੀ ਹੈ ਉਹ ਸਿਰਫ ਕਹਿਣ ਦੀਆਂ ਹੀ ਗੱਲਾਂ ਹੈ। ਕੈਮਰਾਮੈਨ ਦਵਿੰਦਰ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ TV, ਜਲੰਧਰ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।